ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, 2-3 ਹਫ਼ਤੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ। ਵੀਡੀਓ ਤਾਂ ਉੱਦਾਂ ਪਹਿਲਾਂ ਹੀ ਬਣਾ ਦੇਣੀ ਸੀ, ਪਰ ਚਲੋ ਕੁਦਰਤੀ ਟਾਈਮ ਨਹੀਂ ਲੱਗਿਆ। ਅਤੇ ਜੋ ਢੱਡਰੀਆਂ ਵਾਲਾ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਰੀਆ ਕਹਿ ਰਿਹਾ, ਉਹਦੇ ਬਾਰੇ ਆਪਾਂ ਇਤਿਹਾਸ ਦੇ ਵਿੱਚੋਂ ਅਤੇ ਗੁਰਬਾਣੀ ਦੇ ਵਿੱਚੋਂ ਵੇਖਾਂਗੇ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਵਾਸਤੇ ਹੈ ਕੀ ਹੈ। ਅਤੇ ਸਭ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ, ਅਤੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ, ਅਤੇ ਇੱਕ ਤਾਂ ਚੇਚਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੋਥੀ ਪਰਮੇਸ਼ਰ ਕਾ ਥਾਨ, ਉਸ ਵੇਲੇ ਪੋਥੀ ਸਾਹਿਬ ਕਹਿੰਦੇ ਹੁੰਦੇ ਸੀਗੇ, ਗੁਰੂ ਗ੍ਰੰਥ ਸਾਹਿਬ ਨਹੀਂ ਸੀ ਕਹਿੰਦੇ ਕਿਉਂਕਿ ਅਜੇ ਗੁਰਤਾਗੱਦੀ ਨਹੀਂ ਸੀ ਮਿਲੀ ਉਸ ਵੇਲੇ। ਪਰ ਫਿਰ ਵੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ, ਹਾਲਾਂਕਿ ਗੁਰੂ ਅਰਜਨ ਦੇਵ ਜੀ ਆਪ ਬਿਰਾਜਮਾਨ ਹੁੰਦੇ ਸੀਗੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਅਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਸੀ, ਪਰ ਆਪਣੀ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ, ਹਾਲਾਂਕਿ ਗੁਰਤਾਗੱਦੀ ਵੀ ਨਹੀਂ ਸੀ ਦਿੱਤੀ, ਪੋਥੀ ਪਰਮੇਸ਼ਰ ਕਾ ਥਾਨ ਕਹਿ ਕੇ ਨਿਵਾਜਿਆ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਆਪ ਬਿਰਾਜਦੇ ਹੁੰਦੇ ਸੀ, ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਨਵਾਂ ਪਲੰਘਾ ਲਿਆਓ, ਨਵਾਂ ਬਿਸਤਰਾ ਲਿਆਓ, ਅਤੇ ਉਹਦੇ 'ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੋਥੀ ਸਾਹਿਬ ਦਾ ਸੁੱਖ ਆਸਣ ਕਰਨਾ, ਅਤੇ ਆਪ ਗੁਰੂ ਸਾਹਿਬ ਜੀ ਉਹਦੇ ਥੱਲੇ ਚਾਦਰ ਵਿਛਾ ਕੇ, ਉਸ ਪਲੰਘ ਦੇ ਥੱਲੇ ਚਾਦਰ ਵਿਛਾ ਕੇ ਬਿਰਾਜਦੇ ਰਹੇ ਰਾਤ ਨੂੰ। ਹਜੇ ਵੀ ਉਹ ਚਾਦਰ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਦੇ ਥੱਲੇ ਵਿਛਾਈ ਜਾਂਦੀ ਆ। ਜਦੋਂ ਵੀ ਤੁਸੀਂ ਅਕਾਲ ਤਖਤ ਸਾਹਿਬ 'ਤੇ ਜਾਓ, ਉੱਥੇ ਤੁਸੀਂ ਦੇਖ ਸਕਦੇ ਹਾਂ, ਉੱਥੇ ਸੁਖਾਸਣ ਅਸਥਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਣਿਆ ਹੋਇਆ, ਕੋਠਾ ਸਾਹਿਬ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਹੁੰਦਾ ਅਤੇ ਥੱਲੇ ਚਾਦਰ ਵਿਛਾਈ ਜਾਂਦੀ ਹੈ। ਅਜੇ ਵੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ, ਅਤੇ ਇੰਨਾ ਗੁਰੂ ਗ੍ਰੰਥ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਤਿਕਾਰ ਦਿੱਤਾ ਪਰਮੇਸ਼ਰ ਜਿੰਨਾ, ਕਿਉਂਕਿ ਗੁਰੂ ਅਮਰਦਾਸ ਜੀ ਨੇ ਵੀ ਕਿਹਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਜੇਵੜ ਅਵਰ ਨਾ ਕੋਈ, ਬਾਣੀ ਨੂੰ ਨਿਰੰਕਾਰ ਦੇ ਬਰਾਬਰ ਦੱਸਿਆ ਵੀ ਇਹਦੇ ਵਰਗਾ ਕੋਈ ਹੋਰ ਹੈ ਨਹੀਂ। ਅਤੇ ਇਹ ਸਭ ਕੁਝ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਕਰਕੇ ਵਿਖਾਇਆ। ਫਿਰ ਜਦੋਂ ਗੁਰੂ ਅਰਜਨ ਦੇਵ ਜੀ ਪੋਥੀਆਂ ਵੀ ਲੈ ਕੇ ਆਏ ਆ, ਜਦੋਂ ਭਾਈ ਮੋਹਨ ਜੀ ਦੇ ਕੋਲੋਂ ਆਪਣੇ ਵੱਡੇ ਗੁਰੂਆਂ ਦੀ ਜਿਹੜੀ ਬਾਣੀ ਉਚਾਰੀ ਹੋਈ ਦੀਆਂ ਪੋਥੀਆਂ ਸੀਗੀਆਂ, ਉਹ ਵੀ ਜਦੋਂ ਲੈ ਕੇ ਆਏ ਆ, ਅਤੇ ਗੁਰੂ ਸਾਹਿਬ ਜੀ ਨੰਗੇ ਪੈਰੀ ਚੌਰ ਕਰਦੇ ਆਏ ਆ, ਹਾਲਾਂਕਿ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਨੂੰ ਜਾਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਹਜੇ ਗੁਰਤਾਗੱਦੀ ਨਹੀਂ ਦਿੱਤੀ, ਅਤੇ ਗੁਰੂ ਅਰਜਨ ਦੇਵ ਜੀ ਆਪ ਨੰਗੇ ਪੈਰੀ ਚੌਰ ਸਾਹਿਬ ਕਰਦੇ ਆਏ ਆ। ਹਾਂਜੀ, ਫਿਰ ਆਪਾਂ ਅੱਗੇ ਆਈਏ, ਜਦੋਂ ਦਸਵੇਂ ਪਾਤਸ਼ਾਹ ਨੇ ਵੀ ਗੁਰਤਾਗੱਦੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਤੇ ਪਹਿਲੀ ਤਾਂ ਗੱਲ ਇਹ ਆ ਵੀ ਇੱਥੇ ਹੁਣ ਮਾੜਾ ਜਿਹਾ ਇਹ ਵਿਚਾਰਨਾ ਪਏਗਾ ਸਾਡਾ ਗੁਰੂ ਕੌਣ ਆ। ਜਦੋਂ ਗੁਰੂ ਸਾਹਿਬ ਜੀ ਇੱਕ ਗੁਰੂ ਸਾਹਿਬ ਜੀ ਦੂਜੇ ਗੁਰੂ ਸਾਹਿਬ ਜੀ ਨੂੰ ਅੱਗੇ ਗੁਰਤਾਗੱਦੀ ਦਿੰਦੇ ਸੀਗੇ, ਆਪਣੀ ਜੋਤ ਵਿੱਚ ਪ੍ਰਵੇਸ਼ ਕਰਦੇ ਸੀਗੇ, ਜੋਤ ਉਹਾ ਜੋਗਤ ਸਾਇ ਸਹਿ ਕਾਇਆ ਫੇਰ ਪਲਟੀਆ, ਕਾਇਆ ਜਿਹੜੀ ਬਦਲੀ ਜਾਂਦੀ ਸੀ, ਅਤੇ ਜਦੋਂ ਗੁਰੂ ਸਾਹਿਬ ਜੀ ਅੱਗੇ ਆਪਣਾ ਸਰੀਰ ਬਦਲਦੇ ਸੀ, ਉਹ ਗੁਰੂ ਨਾਨਕ ਦੇਵ ਜੀ ਵਾਲੀ ਜੋਤ ਗੁਰੂ ਅੰਗਦ ਦੇਵ ਜੀ ਟਿਕਾ ਦਿੱਤੀ, ਗੁਰੂ ਅੰਗਦ ਦੇਵ ਜੀ ਵਾਲੀ ਗੁਰੂ ਅਮਰਦਾਸ ਜੀ ਟਿਕਾ ਦਿੱਤੀ। ਅਸਲ 'ਚ ਇਹ ਹੈ ਵੀ ਗੁਰੂ ਸਾਡਾ ਹੈ ਕੀ ਹੈ, ਉਹ ਜੋਤ ਚਾਹੇ ਇੱਕ 5 ਸਾਲ ਦੇ ਬੱਚੇ ਦੇ ਵਿੱਚ ਟਿਕਾਈ ਗਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਿੱਚ,
ਸਿੱਖ ਸੰਗਤਾਂ ਉਹਨਾਂ ਨੂੰ ਮੱਥੇ ਟੇਕਣ ਲੱਗ ਪਈਆਂ ਅਤੇ ਉਹਨਾਂ ਦੀ ਪਰਿਕਰਮਾ ਕਰਨ ਲੱਗ ਪਈਆਂ ਅਤੇ ਉਹਨਾਂ ਨੂੰ ਪੂਜਣ ਲੱਗ ਪਈਆਂ। ਢੱਡਰੀਆਂ ਵਾਲਾ ਕਹਿੰਦਾ ਨਾ ਵੀ ਇਹਨੂੰ ਪੁਜਾਰੀਆਂ ਨੇ ਪੂਜਣਾ ਲਾ ਦਿੱਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਆਪਾਂ ਵਿਚਾਰਾਂਗੇ ਵੀ ਕਿਹਨੇ ਪੂਜਣਾ ਲਾਇਆ, ਵੀ ਗੁਰੂ ਗ੍ਰੰਥ ਸਾਹਿਬ ਹੈ ਕੀ ਅਸਲ ਦੇ ਵਿੱਚ। ਸੋ ਸਿੱਖ ਸੰਗਤਾਂ ਉਹ 5 ਸਾਲ ਦੇ ਬੱਚੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਮੱਥੇ ਟੇਪਕਣ ਲੱਗ ਪਈਆਂ ਅਤੇ ਉਹਨਾਂ ਦੀਆਂ ਪਰਿਕਰਮਾ ਕਰਨ ਲੱਗ ਪਈਆਂ। ਹਾਂਜੀ, ਸੋ ਜੋਤ ਜਿਹੜੀ ਆਈ ਸੀ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਜਿਹੜੀ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਆਈ ਸੀ, ਜਿਹੜੀ ਜੋਤ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ, ਉਹ ਸਾਡਾ ਗੁਰੂ ਸੀ। ਉਸੇ ਦੇ ਵਿੱਚ ਸਿੱਖ ਨੇ ਅਭੇਦ ਹੋਣਾ ਪਰਮੇਸ਼ਰ ਦੇ ਵਿੱਚ, ਅਤੇ ਉਹ ਚਾਹੇ ਗੁਰੂ ਸਾਹਿਬ ਚਾਹੇ ਵੱਡੀ ਉਮਰ ਦੇ ਸੀ ਚਾਹੇ ਛੋਟੀ ਉਮਰ ਦੇ, ਜਿਹਦੇ 'ਚ ਵੀ ਉਹ ਜੋਤ ਆ ਗਈ ਉਹ ਸਾਡਾ ਗੁਰੂ ਹੈ। ਅਤੇ ਉਹੀ ਕੰਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗਤ ਦੀ ਦੇਣ ਲੱਗਿਆਂ ਕੀਤਾ। ਆਪਣੀ ਜਿਹੜੀ ਉਹੀ ਗੁਰੂ ਨਾਨਕ ਦੇਵ ਜੀ ਦੀ ਜੋਤ ਸੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਧ ਵੀ ਕੀਤਾ ਜਦੋਂ ਧੀਰ ਮਲੀਆਂ ਨੇ ਤਾਨਾ ਮਾਰਿਆ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਉਸੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਆ ਅਤੇ ਸਾਰੀ ਗੁਰਬਾਣੀ ਕੰਠੋਂ ਕਿਉਂ ਨਹੀਂ ਉਚਾਰ ਲੈਂਦੇ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਮੂੰਹ ਜ਼ਬਾਨੀ ਇੱਦਾਂ ਬੋਲ ਕੇ ਉਚਾਰਿਆ, ਭਾਈ ਮਨੀ ਸਿੰਘ ਜੀ ਪਾਸੋਂ ਲਿਖਾਇਆ, ਬਾਬਾ ਦੀਪ ਸਿੰਘ ਜੀ ਨੇ ਵੀ ਉਹਦੇ ਚਾਰ ਉਤਾਰੇ ਕੀਤੇ ਅਤੇ ਇਹ ਸਿੱਧ ਕੀਤਾ ਵੀ ਅਸੀਂ ਸਾਡੇ ਵਿੱਚ ਉਹੀ ਜੋਤ ਹੈ ਗੁਰੂ ਨਾਨਕ ਦੇਵ ਜੀ ਦੀ। ਹਾਂਜੀ, ਜਿਹੜਾ ਮਾਰਿਆ ਹੋਇਆ ਤਾਨਾ ਸੀ ਧੀਰ ਮਲੀਆਂ ਵੱਲੋਂ ਵੀ ਜੇ ਉਹੀ ਜੋਤ ਹੈ ਅਤੇ ਸਾਰੀ ਗੁਰਬਾਣੀ ਕੰਠੋਂ ਉਚਾਰਨ, ਉਹ ਕਰਕੇ ਵਿਖਾਇਆ, ਉਚਾਰ ਕੇ ਵਿਖਾਇਆ। ਉਹੀ ਜਿਹੜੀ ਜੋਤ ਸੀ ਦਸਵੇਂ ਪਾਤਸ਼ਾਹ ਦੇ ਵਿੱਚ, ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗਤ ਦੀ ਦਿੰਦੇ ਆ, 5 ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਖਿਲਾਰ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਕੇ ਅਤੇ ਦੁਬਾਰੇ ਮੱਥਾ ਟੇਕ ਦਿੰਦੇ ਆ, ਆਪਣੀ ਜੋਤ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਦਿੰਦੇ ਆ, ਅਤੇ ਫਿਰ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ, ਨਾ ਕਿ ਉਹ ਜ਼ਰੀਆ ਆ। ਉਹੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆ, ਦਸਵੇਂ ਪਾਤਸ਼ਾਹ ਨੇ ਟਿਕਾਈ ਆ। ਫਿਰ ਆਪਾਂ ਰੋਜ਼ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਉਂ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜਿਹੜੀ ਇਸ ਵੇਲੇ ਪ੍ਰਗਟ ਗੁਰਾਂ ਦੀ ਦੇ ਆ, ਕੀ ਅਸੀਂ ਉਹਨੂੰ ਮੱਥਾ ਨਹੀਂ ਟੇਕਾਂਗੇ? ਕੀ ਅਸੀਂ ਉਹਨੂੰ ਪੂਜਾਂਗੇ ਨਹੀਂ? ਗੁਰਬਾਣੀ 'ਚ ਲਿਖਿਆ, ਪੂਜੋ ਰਾਮ ਏਕ ਹੀ ਦੇਵਾ। ਹਾਂਜੀ, ਅਤੇ ਇਸੇ ਕਰਕੇ ਗੁਰਬਾਣੀ 'ਚ ਇਹ ਵੀ ਦਰਜਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਹਾਂਜੀ, ਬਾਣੀ ਗੁਰੂ, ਗੁਰੂ ਹੈ ਬਾਣੀ। ਜਦੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲਾਂ ਦਰਜ ਕਰ ਦਿੱਤੀਆਂ ਨੇ, ਹੁਣ ਢੱਡਰੀਆਂ ਵਾਲਾ ਇਹ ਕਹਿੰਦਾ ਜੀ ਬਾਣੀ ਆ ਜੀ ਗੁਰੂ ਸਾਡਾ, ਮਤਲਬ ਕਿ ਮੈਂ ਉਹ ਗੱਲਾਂ ਚਲੋ ਕਹਿਣੀਆਂ ਨਹੀਂ ਚਾਹੁੰਦਾ, ਤੁਸੀਂ ਸੁਣਿਆ ਹੀ ਆ, ਵੀ ਹੁਣ ਉਹ ਫਿਰ ਜਿਹੜੀ ਬਾਣੀ ਆ ਉਹ ਕਿੱਥੇ ਢੱਡਰੀਆਂ ਵਾਲੇ ਦੇ ਮੱਥੇ 'ਤੇ ਲਿਖਣੀ ਸੀ ਮਹਾਰਾਜ ਨੇ, ਜਾਂ ਕਿਸੇ ਦੇ ਸਰੀਰ ਉੱਤੇ ਲਿਖਣੀ ਸੀ? ਅਕਸਰ ਨੂੰ ਕਿਸੇ ਗੁਰਬਾਣੀ ਦਾ ਜਿਹੜਾ ਉਤਾਰਾ ਜਾਂ ਜਿਹੜੀ ਲਿਖੀ ਜਾਣੀ ਚੀਜ਼ ਆ, ਉਹ ਕਿਸੇ ਕਾਗਜ਼ ਦੇ ਉੱਤੇ ਹੀ ਲਿਖੀ ਜਾਣੀ ਆ ਨਾ। ਜੇ ਕੋਈ ਗੁਰਬਾਣੀ ਲਿਖਣੀ ਜਾਂ ਕੁਝ ਹੋਰ ਵੀ ਲਿਖਣਾ, ਉਹ ਕਿਸੇ ਕਾਗਜ਼ਾਂ ਦੇ ਉੱਤੇ ਹੀ ਲਿਖੀ ਜਾਣੀ ਸੀ ਨਾ। ਉਹਦਾ ਮਹਾਰਾਜ ਸਾਹਿਬ ਜੀ ਨੇ ਜਦੋਂ ਗ੍ਰੰਥ ਤਿਆਰ ਕਰਕੇ ਖਿਤਾਬ ਦੇ ਦਿੱਤਾ ਗੁਰੂ ਦਾ, ਅਤੇ ਗੁਰੂ ਨੂੰ ਅਸੀਂ ਜ਼ਰੀਆ ਕਹਿਣ ਵਾਲੇ ਕੌਣ ਹੁੰਦੇ ਹਾਂ ਬਈ? ਹਾਂਜੀ, ਸੋ ਥੋੜ੍ਹੀ ਬਹੁਤੀ ਬੋਲਣ ਤੋਂ ਪਹਿਲਾਂ ਸ਼ਰਮ ਕਰਨੀ ਚਾਹੀਦੀ ਆ। ਸੋ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ, ਸਲੋਕ ਮਹੱਲਾ ਪਹਿਲਾ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ,
ਵੀ ਉਹ ਧਨ ਹੈ ਕਾਗਜ਼ ਅਤੇ ਧਨ ਹੈ ਉਹ ਕਲਮ ਅਤੇ ਧਨ ਹੈ ਉਹ ਭਾਂਡਾ ਅਤੇ ਧਨ ਜਿਹੜੀ ਉਹਦੇ ਵਿੱਚ ਸਿਆਹੀ ਸੀ। ਅਤੇ ਮੈਂ ਪੱਕੀ ਗਰੰਟੀ ਦਿੰਦਾ ਜੇ ਗੋਰਿਆਂ ਦੇ ਗੁਰੂ ਨੇ ਇੱਦਾਂ ਕੁਝ ਲਿਖਾਇਆ ਹੁੰਦਾ ਨਾ ਅਤੇ ਗੋਰਿਆਂ ਨੇ ਹਜੇ ਤੱਕ ਉਹ ਜਿਹੜੇ ਭਾਂਡੇ 'ਚ ਸ਼ਾਹੀ ਪਾਈ ਜਾਂਦੀ ਸੀ ਅਤੇ ਉਹ ਕਲਮ ਐਨ ਸਾਰਾ ਕੁਝ ਸਾਂਭ ਕੇ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਣਾ ਸੀ ਵਧੀਆ ਤਰੀਕੇ ਨਾਲ। ਅੱਗੇ ਮਹਾਰਾਜ ਸਾਹਿਬ ਜੀ ਕਹਿੰਦੇ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਅਤੇ ਧਨ ਹੈ ਉਹ ਲਿਖਾਰੀ ਜਿਹਨੇ ਸੱਚਾ ਨਾਮ ਲਿਖਾਇਆ ਹੈ। ਅੱਗੇ ਭਗਤ ਰਵਿਦਾਸ ਜੀ ਕਹਿੰਦੇ ਆ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰਗ, ਵੀ ਤਾੜੀ ਦੇ ਰੁੱਖ ਪਵਿੱਤਰ ਮੰਨੇ ਜਾਂਦੇ ਹਨ ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ ਵੀ ਇਹ ਪਵਿੱਤਰ ਨਹੀਂ ਗਾ ਜੀ। ਹਾਂਜੀ ਵਧੀਆ ਕਾਗਜ਼ ਨਹੀਂ ਗਾ, ਉਹਨਾਂ ਕਾਗਜ਼ਾਂ ਨੂੰ ਪਵਿੱਤਰ ਸਮਝਿਆ ਜਾਂਦਾ। ਅਤੇ ਭਗਤ ਜੀ ਕਹਿੰਦੇ ਭਗਤ ਭਾਗੌਤ ਲਿਖੀਐ ਤਹਿ ਉਪਰੇ ਪੂਜੀਏ ਕਰ ਨਮਸਕਾਰੰ, ਪਰ ਜਦੋਂ ਭਗਵਾਨ ਦੀ ਸਿਫਤ ਸਲਾਹ ਉਹਨਾਂ ਉੱਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ, ਭਾਵ ਉਹਨਾਂ ਨੂੰ ਮੱਥੇ ਵੀ ਟੇਕਦੇ ਆ, ਨਮਸਕਾਰਾਂ ਵੀ ਹੁੰਦੀਆਂ। ਹਾਂਜੀ ਔਰ ਇਸੇ ਕਰਕੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਸਰੂਪ ਤਿਆਰ ਕਰਵਾਇਆ ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਸਾਰੰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ, ਇਹ ਪਵਿੱਤਰ ਪੁਸਤਕ ਆਦਿ ਗ੍ਰੰਥ ਸਾਹਿਬ ਪਰਮ ਪ੍ਰਭੂ ਦਾ ਨਿਵਾਸ ਅਸਥਾਨ ਹੈ, ਪੋਥੀ ਗ੍ਰੰਥ ਸਾਹਿਬ ਪਰਮੇਸ਼ਰ ਦਾ ਥਾਨ ਅਸਥਾਨ ਹੈ। ਅਤੇ ਇਸੇ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਣੀ ਥਾਂ 'ਤੇ ਪ੍ਰਕਾਸ਼ ਕੀਤਾ, ਜਿੱਥੇ ਆਪ ਬਿਰਾਜਦੇ ਸੀ ਉੱਥੇ ਸੁੱਖ ਆਸਣ ਕਰਾਇਆ ਅਤੇ ਆਪ ਥੱਲੇ ਚਾਦਰ ਵਿਛਾ ਕੇ ਮਹਾਰਾਜ ਸਾਹਿਬ ਜੀ ਬਿਰਾਜੇ। ਸੋ ਸਾਡੇ ਗੁਰੂ ਸਾਹਿਬਾਂ ਨੇ ਅਤੇ ਭਗਤਾਂ ਨੇ ਤਾਂ ਇੰਨਾ ਸਤਿਕਾਰ ਦਿੱਤਾ ਆ, ਪਰਮੇਸ਼ਰ ਦਾ ਥਾਨ ਦੱਸਿਆ ਆ ਅਤੇ ਢੱਡਰੀਆਂ ਵਾਲਾ ਜ਼ਰੀਆ ਦੱਸਦਾ ਅਤੇ ਕੁਦਰਤ ਨੂੰ ਰੱਬ ਕਹੀ ਜਾਂਦਾ ਇਹ। ਸੋ ਗੁਰੂ ਪਿਆਰੇ ਹੋ, ਤੁਸੀਂ ਵੇਖ ਵੀ ਲਿਆ ਅਤੇ ਸੁਣ ਵੀ ਲਿਆ ਸਾਡਾ ਇਤਿਹਾਸ ਕੀ ਆ ਅਤੇ ਗੁਰਬਾਣੀ 'ਚ ਕੀ ਲਿਖਿਆ। ਸੋ ਥੋੜ੍ਹੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ ਜਿਹਨੂੰ ਸਾਡੇ ਗੁਰੂ ਸਾਹਿਬ ਜੀ ਨੇ ਗੁਰੂ ਕਿਹਾ, ਪਰਮੇਸ਼ਰ ਦਾ ਸਰੂਪ ਕਿਹਾ, ਪੋਥੀ ਪਰਮੇਸ਼ਰ ਕਾ ਥਾਨ ਕਿਹਾ, ਉਹਨੂੰ ਦੇ ਜ਼ਰੀਆ ਦੱਸਦਾ ਅਤੇ ਕੁਦਰਤ ਨੂੰ ਇਹ ਦੱਸਦਾ ਵੀ ਕੁਦਰਤ ਰੱਬ ਹੈ। ਹੁਣ ਆਪਾਂ 2 ਮਿੰਟ ਦੇ ਲਈ ਇਸ 'ਤੇ ਵਿਚਾਰ ਕਰ ਲਈਏ ਵੀ ਕੁਦਰਤ ਕੀ ਰੱਬ ਹੈ। ਹੁਣ ਬੰਦਾ ਇਹ ਕਹਿੰਦੇ ਜੀ ਸਾਰਿਆਂ ਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ ਅਤੇ ਸਾਰਿਆਂ ਦੇ ਵਿੱਚ ਪਾਣੀ ਵੀ ਸਮਾਇਆ ਹੋਇਆ, ਮੇਰੇ 'ਚ ਵੀ ਪਾਣੀ ਆ, ਜਾਨਵਰਾਂ 'ਚ ਵੀ ਪਾਣੀ ਆ, ਸਾਰੇ ਰੁੱਖਾਂ ਦੇ ਵਿੱਚ ਵੀ ਪਾਣੀ ਆ, ਕੀ ਹੁਣ ਸਾਡੀ ਇਹ ਜਿਹੜਾ ਪਾਣੀ ਸਮਾਇਆ ਹੋਇਆ ਮੇਰੇ ਵਿੱਚ ਜਾਂ ਰੁੱਖਾਂ ਦੇ ਵਿੱਚ ਜਾਂ ਜਾਨਵਰਾਂ ਦੇ ਵਿੱਚ, ਇਹਦੇ ਨਾਲ ਮੇਰੀ ਪਿਆਸ ਬੁੱਝ ਜਾਏਗੀ? ਮੈਂ ਕੀ ਉਹ ਪਾਣੀ ਰੁੱਖ ਦੇ ਵਿੱਚੋਂ ਕੱਢ ਕੇ ਪੀ ਸਕਦਾ? ਹਾਂ ਇੱਕ ਜ਼ਰੂਰ ਰੁੱਖ ਹੈ ਨਾਰੀਅਲ ਦਾ, ਉਹਦੇ ਵਿੱਚੋਂ ਚਲੋ ਨਾਰੀਅਲ ਤੋੜ ਕੇ ਪਾਣੀ ਪੀਤਾ ਜਾ ਸਕਦਾ, ਕੀ ਹੋਰਨਾਂ ਉਹ ਵੀ ਪਾਣੀ ਚਲੋ ਕਿੰਨਾ ਚਿਰ ਅਸੀਂ ਪੀਵਾਂਗੇ? ਅਕਸਰ ਨੂੰ ਫੋਕਾ ਪਾਣੀ ਪੀਣ ਨੂੰ ਬੰਦੇ ਦਾ ਦਿਲ ਕਰਦਾ ਹੀ ਆ, ਹੈਲਥੀ ਫਿਰ ਹੀ ਰਹਿੰਦੇ ਹਾਂ ਅਸੀਂ, ਕੀ ਉਹ ਪਾਣੀ ਅਸੀਂ ਪੀ ਲਵਾਂਗੇ? ਕੀ ਉਹਦੇ ਨਾਲ ਅਸੀਂ ਨਹਾ ਲਵਾਂਗੇ? ਸਾਡੇ ਸਰੀਰ ਦੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਸੋ ਕੀ ਅਸੀਂ ਹੁਣ ਉਹ ਰੁੱਖਾਂ ਨੂੰ ਸਮੁੰਦਰ ਕਹਿਣ ਲੱਗ ਪਈਏ? ਹਾਂਜੀ ਇੱਕ ਸਮੁੰਦਰ ਹੈ ਜਿੱਥੇ ਇੰਨਾ ਜ਼ਿਆਦਾ ਪਾਣੀ ਹੁੰਦਾ ਅਤੇ ਆਪਾਂ ਕਹੀਏ ਵੀ ਪਾਣੀ ਦੇ ਰੁੱਖਾਂ 'ਚ ਵੀ ਸਮਾਇਆ ਹੋਇਆ, ਅਤੇ ਹੁਣ ਰੁੱਖਾਂ ਨੂੰ ਕੀ ਅਸੀਂ ਸਮੁੰਦਰ ਦੀ ਉਪਾਧੀ ਦੇ ਸਕਦੇ ਹਾਂ? ਸੋ ਜਿਵੇਂ ਅਸੀਂ ਰੁੱਖਾਂ ਨੂੰ ਸਮੁੰਦਰ ਦੀ ਉਪਾਧੀ ਨਹੀਂ ਦੇ ਸਕਦੇ, ਇੱਦਾਂ ਹੀ ਚਲੋ ਰੁੱਖਾਂ ਦੇ ਵਿੱਚ ਪਰਮੇਸ਼ਰ ਭਾਵੇਂ ਸਮਾਇਆ ਹੋਇਆ ਪਰ ਅਸੀਂ ਉਹਨੂੰ ਰੱਬ ਦੀ ਉਪਾਧੀ ਨਹੀਂ ਦੇ ਸਕਦੇ। ਹਾਂ ਹਰ ਕਿਸੇ ਦੇ ਵਿੱਚ ਰੱਬ ਵੇਖਣਾ ਇਹ ਇੱਕ ਅਵਸਥਾ ਆ, ਜਿਵੇਂ ਕਹਿ ਲਈਏ ਵੀ ਜਿੱਥੇ ਸਮੁੰਦਰ ਆ ਜਾਂ ਨਹਿਰ ਆ ਜਾਂ ਖੂਹ ਹੈ, ਜਿਹੜੀ ਲੋੜ ਸਾਡੀ ਉਹਨੇ ਪੂਰੀ ਕਰਨੀ ਆ ਨਾ ਪਾਣੀ ਦੀ, ਉਹ ਰੁੱਖ ਨਹੀਂ ਕਰ ਸਕਦਾ, ਹਾਲਾਂਕਿ ਰੁੱਖ ਦੇ ਵਿੱਚ ਵੀ ਪਾਣੀ ਹੁੰਦਾ। ਸੋ ਫਰਕ ਆ, ਪਾਣੀ ਜੇ ਖੂਹ ਦੇ ਵਿੱਚ ਆ ਉਹਨੂੰ ਅਸੀਂ ਵਰਤ ਸਕਦੇ ਹਾਂ, ਨਹਿਰ ਵਾਲਾ ਵੀ ਵਰਤ ਸਕਦੇ ਹਾਂ, ਸਮੁੰਦਰਾਂ ਵਾਲਾ ਵੀ ਵਰਤ ਸਕਦੇ ਹਾਂ। ਹਾਂਜੀ
ਸੋ ਇਸੇ ਤਰ੍ਹਾਂ ਹੀ ਪਰ ਜਿਹੜਾ ਰੁੱਖ ਦੇ ਵਿੱਚ ਪਾਣੀ ਉਹ ਨਹੀਂ ਅਸੀਂ ਵਰਤ ਸਕਦੇ। ਸੋ ਪਾਣੀ ਪਾਣੀ ਦੇ ਵਿੱਚ ਫਰਕ ਆ ਵੀ ਕਿੱਥੇ ਪਾਣੀ, ਖੂਹ ਦੇ ਵਿੱਚ ਪਾਣੀ ਆ ਅਤੇ ਉਹਦੀ ਵੈਲਿਊ ਕੋਈ ਹੋਰ ਆ, ਜੇ ਰੁੱਖ ਦੇ ਵਿੱਚ ਪਾਣੀ ਆ ਅਤੇ ਉਹਦੀ ਵੈਲਿਊ ਕੋਈ ਹੋਰ ਆ। ਇੱਦਾਂ ਹੀ ਪਰਮੇਸ਼ੁਰ ਭਾਵੇਂ ਸਾਰੇ ਕਿਤੇ ਵਸਿਆ ਹੋਇਆ, ਹੁਣ ਪਰਮੇਸ਼ੁਰ ਦੇ ਮਤਲਬ ਕਿ ਸਾਡੇ ਪੈਰਾਂ ਦੇ ਥੱਲੇ ਕਈ ਬੂਟੇ ਆਉਂਦੇ ਆ, ਕਈ ਕੀੜੀਆਂ ਆਉਂਦੀਆਂ, ਅਸੀਂ ਕੀ ਕਹਾਂਗੇ ਜੀ, ਅਸੀਂ ਰੋਜ਼ ਪਰਮੇਸ਼ੁਰ ਦੀ ਬੇਅਦਬੀ ਕਰਦੇ ਹਾਂ। ਹਾਂਜੀ, ਸੋ ਉਹ ਵੈਲਿਊ ਦਾ ਫਰਕ ਆ, ਠੀਕ ਆ ਜੀ। ਫਿਰ ਜਿਹੜੇ ਗੁਰੂ ਸਾਹਿਬ ਸੀਗੇ, ਗੁਰੂ ਸਾਹਿਬਾਂ ਨੇ ਦਰਬਾਰ ਸਾਹਿਬ ਬਣਾਇਆ ਵੀ ਮਤਲਬ ਕਿ ਇੱਥੇ ਬਹਿ ਕੇ ਨਾਮ ਭਗਤੀ ਕਰੋ, ਗੁਰੂ ਸਾਹਿਬ ਜੀ ਆਪ ਵੀ ਬਹਿੰਦੇ ਰਹੇ ਜਾ ਕੇ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬਹਿੰਦੇ ਰਹੇ, ਸੰਗਤਾਂ ਵੀ ਆ ਕੇ ਬਹਿੰਦੀਆਂ ਰਹੀਆਂ। ਹਾਂਜੀ, ਅਤੇ ਫਿਰ ਕੀ ਮਤਲਬ ਕਿ ਗੁਰੂ ਸਾਹਿਬ ਜੀ ਇਹ ਕਹਿ ਦਿੰਦੇ ਵੀ ਜੰਗਲਾਂ 'ਚ ਆ ਕੇ ਭਗਤੀ ਕਰਿਆ ਕਰੋ ਵੀ ਕੁਦਰਤ 'ਚੋਂ ਰੱਬ ਤੁਹਾਨੂੰ ਛੇਤੀ ਲੱਭੂਗਾ। ਜਿਹੜੇ ਬਾਹਮਣ ਜਾਂ ਹੋਰ ਜੰਗਲਾਂ ਦੇ ਵਿੱਚ ਤੁਰੇ ਫਿਰਦੇ ਸੀਗੇ, ਪਹਾੜਾਂ 'ਚ ਤੁਰੇ ਫਿਰਦੇ ਸੀ, ਪਹਾੜਾਂ ਦੇ ਵਿੱਚ ਹੁਣ ਆਪਾਂ ਜਾਂਦੇ ਹੀ ਹਾਂ, ਕਿੰਨਾ ਸੋਹਣਾ ਦ੍ਰਿਸ਼ ਹੁੰਦਾ, ਕਿੰਨੇ ਸੋਹਣੇ ਰੁੱਖ ਹੁੰਦੇ ਆ, ਮਨ ਸ਼ਾਂਤ ਹੁੰਦਾ, ਆਨੰਦ ਜਿਹਾ ਆਉਂਦਾ। ਅਤੇ ਜੇ ਇੱਦਾਂ ਹੀ ਰੱਬ ਮਿਲਣਾ ਸੀ ਤਾਂ ਫਿਰ ਉਹਨਾਂ ਨੂੰ ਪਹਿਲਾਂ ਮਿਲਿਆ ਕਰਦਾ ਜਿਹੜੇ ਜੰਗਲਾਂ 'ਚ ਜਾਂਦੇ ਸੀ ਜਾਂ ਪਹਾੜਾਂ 'ਚ ਜਾਂਦੇ ਸੀਗੇ। ਹਾਂਜੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਿਰ ਮਾਲੀਆਂ ਦੀ ਬਾਣੀ ਦਰਜ ਹੋਣੀ ਚਾਹੀਦੀ ਸੀ, ਜਿਹੜੇ ਹਰ ਵੇਲੇ ਕੁਦਰਤ ਦੀ ਟੇਕ ਕੇਅਰ ਕਰਦੇ ਆ, ਰੁੱਖਾਂ ਦੀ ਟੇਕ ਕੇਅਰ ਕਰਦੇ ਆ। ਫਿਰ ਤਾਂ 15 ਮਾਲੀਆਂ ਦੀ ਬਾਣੀ ਦਰਜ ਹੋਣੀ ਚਾਹੀਦੀ ਸੀ, 15 ਭਗਤਾਂ ਦੀ ਬਾਣੀ ਨਹੀਂ ਸੀ ਦਰਜ ਹੋਣੀ ਚਾਹੀਦੀ। ਹਾਂਜੀ, ਹਰ ਦੁੱਧ ਦੇ ਵਿੱਚ ਘਿਓ ਹੁੰਦਾ, ਕੀ ਹੁਣ ਅਸੀਂ ਦੁੱਧ ਨੂੰ ਘਿਓ ਕਹਿ ਸਕਦੇ ਹਾਂ? ਕੀ ਅਸੀਂ ਦੁੱਧ ਨਾਲ ਤੜਕਾ ਲਾ ਸਕਦੇ ਹਾਂ? ਜਿਹੜੇ ਕੰਮ ਅਸੀਂ ਘਿਓ ਵਾਲੇ ਮਤਲਬ ਕਿ ਘਿਓ ਨਾ ਕਰਦੇ ਹਾਂ, ਉਹ ਦੁੱਧ ਨਾ ਕਰ ਸਕਦੇ ਹਾਂ? ਨਹੀਂ ਨਾ। ਪਰ ਜਦੋਂ ਦੁੱਧ ਦੇ ਵਿੱਚੋਂ ਘਿਓ ਜੇ ਪ੍ਰਗਟ ਕਰਨਾ ਹੋਵੇ, ਸਾਨੂੰ ਮਿਹਨਤ ਕਰਨੀ ਪੈਂਦੀ ਆ, ਉਹਨੂੰ ਉਬਾਲਾ ਦਵਾਉਣਾ ਪੈਂਦਾ, ਉਬਾਲਾ ਦਵਾ ਕੇ ਉਹਨੂੰ ਜਾਗ ਲਾਉਣੀ ਪੈਂਦੀ ਆ, ਫਿਰ ਜਮਾਉਣਾ ਪੈਂਦਾ ਆ। ਹਾਂਜੀ, ਫਿਰ ਉਹਨੂੰ ਰਿੜਕਣਾ ਪੈਂਦਾ ਆ, ਪ੍ਰੇਮ ਦੇ ਨਾਲ ਰਿੜਕ ਕੇ ਫਿਰ ਮੱਖਣ ਨਿਕਲਦਾ ਆ। ਮੱਖਣ ਨੂੰ ਫਿਰ ਅਸੀਂ ਮੱਠੀ ਮੱਠੀ ਅੱਗ 'ਤੇ ਗਰਮ ਕਰੀਦਾ, ਅਤੇ ਜ਼ਿਆਦਾ ਅੱਗ 'ਤੇ ਗਰਮ ਕਰੀਏ ਤਾਂ ਸੜ ਜਾਂਦਾ ਘਿਓ। ਹਾਂਜੀ, ਕਿੰਨੀ ਮਿਹਨਤ ਨਾਲ ਘਿਓ ਬਣਦਾ। ਸੋ ਮਤਲਬ ਕਿ ਜੇ ਅਸੀਂ ਪਰਮੇਸ਼ੁਰ ਨੂੰ ਪ੍ਰਗਟ ਕਰਨਾ, ਗੁਰਬਾਣੀ ਦੇ ਵਿੱਚ ਵਾਰ ਵਾਰ ਲਿਖਿਆ ਵੀ ਜੰਗਲਾਂ 'ਚ ਨਹੀਂ ਤੇਰੇ ਅੰਦਰ ਮਤਲਬ ਕਿ ਰੱਬ ਆ। ਭਗਤ ਫਰੀਦ ਜੀ ਨੇ ਵੀ ਲਿਖਿਆ ਵੀ ਤੇਰੇ ਅੰਦਰ ਰੱਬ ਆ, ਆਪਣੇ ਅੰਦਰੋਂ ਰੱਬ ਨੂੰ ਲੱਭ। ਜੰਗਲਾਂ 'ਚ ਮਤਲਬ ਕਿ ਕੁਦਰਤ, ਜੰਗਲ ਕਹਿ ਲਓ ਜਾਂ ਕੁਦਰਤ ਕਹਿ ਲਓ, ਜੰਗਲ ਕੀ ਆ, ਕੁਦਰਤ ਨਹੀਂ ਆ, ਹੋਰ ਕੀ ਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਨੇ, ਤਿਲੰਗ ਮਹੱਲਾ ਪਹਿਲਾ, ਇਆਨੜੀਏ ਮਾਨੜਾ ਕਾਏ ਕਰਹੇ, ਇਹ ਬਹੁਤ ਅਣਜਾਣ ਜਿੰਦੇ ਭਾਵ ਅਣਜਾਣ ਬੰਦਿਆ, ਅਣਜਾਣ ਜੀਵ ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈ, ਆਪਣੜਾ ਘਰ ਹਰ ਰੰਗੋਂ ਕੀ ਨਾ ਮਾਣੇ, ਪਰਮਾਤਮਾ ਤੇਰੇ ਆਪਣੇ ਹੀ ਹਿਰਦੇ ਘਰ ਵਿੱਚ ਹੈ, ਅਤੇ ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ, ਭਾਵ ਕਿਉਂ ਨਹੀਂ ਲੱਭਦੀ ਉਹਨੂੰ ਆਪਣੇ ਹਿਰਦੇ ਵਿੱਚੋਂ। ਸਹੁ ਨੇੜਾ ਧਨ ਕਮਲੀਏ ਬਾਹਰ ਕਿਆ ਢੂੰਡੇ, ਹੇ ਭੋਲੀ ਜੀਵ ਇਸਤਰੀਏ, ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇੜੇ ਵੱਸ ਰਿਹਾ ਹੈ, ਤੂੰ ਜੰਗਲ ਆਦਿਕ ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈ? ਬਾਹਰਲਾ ਸੰਸਾਰ ਹੁਣ ਉਹਨੂੰ ਕੁਦਰਤ ਕਹਿ ਲਓ, ਜੰਗਲ ਕਹਿ ਲਓ, ਜੋ ਮਰਜ਼ੀ ਕਹਿ ਲਓ, ਅਤੇ ਮਹਾਰਾਜ ਦੇ ਕਹਿੰਦੇ ਕਿੱਧਰ ਤੁਰਿਆ ਫਿਰਦਾ ਹੈ? ਗੁਰੂ ਅਮਰਦਾਸ ਜੀ ਤੇ ਕਹਿੰਦੇ ਆ, ਸਰੀਰ ਉਹ ਭਾਲਣ ਕੋ ਬਾਹਰ ਜਾਏ, ਜੇ ਕੋਈ ਮਨੁੱਖ ਆਪਣੇ ਸਰੀਰ ਤੋਂ ਬਾਹਰ ਜੰਗਲ ਵਿੱਚ, ਪਹਾੜਾਂ ਦੀਆਂ ਗੁਹਾਵਾਂ ਵਿੱਚ ਜਾਂ ਪਹਾੜਾਂ ਵਿੱਚ ਕਹਿ ਲਓ, ਇਸ ਵਿੱਚ ਆਤਮਿਕ ਚਾਨਣ ਨੂੰ ਲੱਭਣ ਜਾਂਦਾ ਹੈ, ਕੁਦਰਤ ਕਹਿ ਲਓ, ਨਾਮ ਨਾ ਲਹਿ ਬਹੁਤ ਵਿਗਾਰ ਦੁੱਖ ਪਾਏ, ਉਸ ਨੂੰ ਇਹ ਆਤਮਿਕ ਚਾਨਣ ਦੇਣ ਵਾਲਾ ਹਰਨਾਮ ਤਾਂ ਨਹੀਂ ਲੱਭਦਾ, ਉਹ ਵਿਗਾਰ ਵਿੱਚ ਫਸੇ ਕਿਸੇ ਵਿਗਾਰੀ ਵਾਂਗ ਦੁੱਖ ਹੀ ਪਾਉਂਦਾ, ਭਾਵ ਖੁਆਰ ਹੀ ਹੁੰਦਾ ਰਹਿੰਦਾ ਆ, ਲੱਭਦਾ ਕੁਝ ਨਹੀਂ। ਮਨਮੁਖ ਅੰਧੇ ਸੂਝੇ ਨਾਹੀਂ, ਫਿਰ ਘਰ ਆਏ ਗੁਰਮੁਖ ਵੱਥ ਪਾਵਣਿਆ,
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ। ਜੰਗਲਾਂ ਪਹਾੜਾਂ ਵਿੱਚ ਖੁਆਰ ਹੋ ਕੇ ਭਾਵ ਕੁਦਰਤ ਵਿੱਚ ਲੱਭਣ ਜਾਊਗਾ ਤੇ ਖੁਆਰ ਹੀ ਹੋ ਕੇ ਆਊਗਾ। ਆਖਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਦਾ। ਗੁਰੂ ਦੀ ਸ਼ਰਨ ਪਿਆ ਗੁਰੂ ਕੋਲੋਂ ਇਹ ਚੀਜ਼ ਪ੍ਰਾਪਤ ਹੁੰਦੀ ਆ ਅਤੇ ਉਹਦੇ ਰਾਹੀਂ ਪਰਮੇਸ਼ਰ ਦਾ ਮਿਲਾਪ ਹੁੰਦਾ। ਅੱਗੇ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਆ, ਮਾਝ ਮਹੱਲਾ ਪੰਜਵਾਂ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਸਾਰਾ ਆਤਮਕ ਸੁੱਖ ਹਿਰਦੇ ਵਿੱਚ ਟਿਕੇ ਰਹਿਣ ਵਿੱਚ ਹੈ, ਬਾਹਰ ਭਟਕਣ ਵਿੱਚ ਨਹੀਂ ਹੈ। ਬਾਹਰ ਟੋਲਾ ਸੋ ਭਰਮ ਭਲਾਹੀ, ਜਿਹੜਾ ਬਾਹਰ ਕਹਿੰਦੇ ਆ ਨਾ ਜੀ ਕੁਦਰਤ ਨੂੰ ਵੇਖ ਕੇ ਰੱਬ ਰੱਬ ਕਰੋ, ਜਿਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ ਉਸ ਨੂੰ ਸੁੱਖ ਨਹੀਂ ਲੱਭ ਸਕਦਾ। ਅਜਿਹੇ ਬੰਦੇ ਤਾਂ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿੱਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਵੀ ਸਦਾ ਸੁਖੀ ਰਹਿੰਦੇ ਹਨ, ਭਾਵ ਉਹ ਪਰਮੇਸ਼ਰ ਦੇ ਆਨੰਦ ਦੇ ਵਿੱਚ ਰਹਿੰਦੇ ਹਨ। ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੋਂ ਸੁਣ ਲਓ ਜੀ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਹੇ ਭਾਈ, ਅਜੇ ਤੱਕ ਨਾ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾ ਗੁਰੂ ਦੀ ਸ਼ਰਨ ਪਿਆ ਹੈ, ਨਾ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜੈ ਉਦਿਆਨਾ, ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿੱਚ ਵੱਸ ਰਿਹਾ ਹੈ, ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਭਾਲਦਾ ਫਿਰਦਿਆਂ, ਜੰਗਲ ਕਹਿ ਲਓ ਕੁਦਰਤ ਕਹਿ ਲਓ, ਹਾਂਜੀ ਵੀ ਉੱਧਰ ਕਿੱਧਰ ਲੱਭਦਾ ਫਿਰਦਾ ਜੀ, ਕੁਦਰਤ ਨੂੰ ਪਰਮੇਸ਼ਰ ਬਣਾਈ ਫਿਰਦੇ ਹਾਂ ਵੀ ਕਿੱਧਰ ਲੱਭਦਾ ਫਿਰਦਾ। ਜੇ ਹਜੇ ਵੀ ਬੰਦਿਆ ਤੈਨੂੰ ਨਹੀਂ ਸਮਝ ਲੱਗੀ ਤਾਂ ਭਗਤ ਫਰੀਦੀ ਕੋਲੋਂ ਪੁੱਛ ਲੈ ਫਿਰ, ਜਿਹੜੇ ਜੰਗਲ 'ਚ 12 ਸਾਲ ਕੁਦਰਤ 'ਚ ਫਿਰਦੇ ਰਹੇ ਆ। ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਇਹ ਫਰੀਦ ਹਰੇਕ ਜੰਗਲ ਨੂੰ ਗਾਣ ਦਾ ਕੀ ਲਾਭ ਹੈ, ਜੰਗਲ ਵਿੱਚ ਕੰਡੇ ਕਿਉਂ ਲਤਾੜਦਾ ਫਿਰਦਾ, ਭਾਵ ਕਿੱਧਰ ਤੁਰਿਆ ਫਿਰਦਾ ਤੂੰ ਕੁਦਰਤ 'ਚ ਲੱਭਦਾ। ਵਸੀ ਰੱਬ ਹੀ ਹਾਲੀਏ ਹੈ ਜੰਗਲ ਕਿਆ ਢੂੰਡੇ, ਰੱਬ ਤਾਂ ਤੇਰੇ ਹਿਰਦੇ ਵਿੱਚ ਵੱਸਦਾ ਹੈ, ਜੰਗਲ ਨੂੰ ਪਾਲਣ ਦਾ ਭਾਵ ਕੁਦਰਤ ਨੂੰ ਪਾਲਣ ਦਾ ਕੀ ਫਾਇਦਾ, ਕੁਦਰਤ 'ਚ ਤਾਂ ਲੱਭਦਾ ਫਿਰਦਾ। 12 ਸਾਲ ਫਿਰਦੇ ਰਹੇ ਭਗਤ ਫਰੀਦ ਜੀ, ਹਾਂਜੀ ਬਾਅਦ 'ਚੋਂ ਆ ਕੇ ਗੁਰੂ ਧਾਰਨ ਕੀਤਾ, ਗੁਰੂ ਦੀ ਸ਼ਰਨ ਪਿਆ ਪ੍ਰਾਪਤੀ ਹੋਈ ਹੈ। ਹੁਣ ਜਿਹੜੀ ਗੱਲ ਇਹ ਕਹਿੰਦਾ ਜੀ ਵੀ ਮਤਲਬ ਕਿ ਵੀ ਬੇਅਦਬੀ ਹੁੰਦੀ ਆ ਜੀ, ਗੁਰੂ ਦੀ ਕੋਈ ਬੇਅਦਬੀ ਨਹੀਂ ਕਰ ਸਕਦਾ ਜੀ, ਇੱਦਾਂ ਨਹੀਂ ਉੱਦਾਂ ਨਹੀਂ, ਉੱਥੇ ਗੋਇੰਦਵਾਲ ਸਾਹਿਬ ਸੰਸਕਾਰ ਕਰਦੇ ਆ ਜੀ। ਆਪਾਂ ਹੁਣ ਇਹ ਵੀ ਗੱਲ ਵਿਚਾਰ ਲਈਏ, ਅੱਜ ਮੰਨ ਲਓ ਵੀ ਹੁਣ ਸਾਡੇ ਗੁਰੂ ਸਾਹਿਬ ਭਾਵੇਂ ਸਰੀਰ ਕਰਕੇ ਸੀਗੇ, ਅਤੇ ਜੇ ਉੱਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਜਾਂ ਸੀਸ ਦੇ ਉੱਤੇ ਤੱਤਾ ਰੇਤਾ ਪਾਇਆ ਗਿਆ, ਹਾਂਜੀ, ਜਾਂ ਮੰਨ ਲਓ ਵੀ ਜੇ ਗੁਰੂ ਸਾਹਿਬ ਜੀ ਨੂੰ ਕਿਸੇ ਗੁਰੂ ਸਾਹਿਬ ਜੀ ਨੂੰ ਨਾ ਹੋਵੇ ਜ਼ਬਰਦਸਤੀ ਕੋਈ ਮਤਲਬ ਕਿ ਇੱਦਾਂ ਕੈਦ ਕਰਕੇ ਬਜਾਏ ਤੱਤੀ ਤਵੀ 'ਤੇ ਬਿਠਾਉਣ ਦੇ ਉਹ ਫਤਵਾ ਲਾ ਦਿੰਦੇ ਵੀ ਰੂੰ 'ਚ ਲਪੇਟ ਕੇ ਅੱਗ ਲਾ ਦਿਉ, ਹਾਂਜੀ, ਜਾਂ ਮਤਲਬ ਕਿ ਰੂੰ 'ਤੇ ਲੱਕੜਾਂ 'ਚ ਲਪੇਟ ਕੇ ਅੱਗ ਲਾ ਦਿਉ, ਅਤੇ ਕੀ ਸਾਨੂੰ ਉਸ ਚੀਜ਼ ਦਾ ਦੁੱਖ ਨਹੀਂ? ਕੀ ਉਸ ਚੀਜ਼ ਨੂੰ ਅਸੀਂ ਸੰਸਕਾਰ ਦੇ ਬਰਾਬਰ ਹੀ ਮੰਨਾਂਗੇ ਜਿਹੜਾ ਅਸੀਂ ਆਪਣੇ ਹੱਥੀਂ ਸੰਸਕਾਰ ਕਰਨਾ ਕਿਸੇ ਗੁਰੂ ਸਾਹਿਬ ਜੀ ਦਾ? ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਸਰੂਪ ਆ, ਜਿਵੇਂ ਦਾ ਮਰਜ਼ੀ ਆ, 25-30-50 ਸਾਲ ਚੱਲਦਾ ਹੀ ਆ, ਜਿਹੜੇ ਗੁਰੂ ਸਾਹਿਬਾਂ ਦੇ ਵੇਲੇ ਸਰੂਪ ਲਿਖੇ ਗਏ ਆ ਉਹਨਾਂ ਨੂੰ ਮਤਲਬ ਕਿ 300-300 ਸਾਲ ਤੋਂ ਵੱਧ ਹੋ ਗਿਆ, ਹਜੇ ਤੱਕ ਵੀ ਸਾਂਭੇ ਹੋਏ ਆ। ਜੇ ਚੰਗਾ ਵਧੀਆ ਪੇਪਰ ਲਾ ਕੇ ਵਧੀਆ ਸੋਹਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਾਇਆ ਹੋਵੇ ਵਧੀਆ ਜਿਲਤ ਲਾ ਕੇ, ਅਤੇ 100 ਸਾਲ ਤੋਂ ਵੱਧ ਮਤਲਬ ਕਿ ਕੱਢਦਾ ਹੀ ਆ ਨਾ ਉਹ ਸਰੂਪ, ਅਤੇ ਜੇ 100 ਸਾਲ ਬਾਅਦ ਗੋਇੰਦਵਾਲ ਸਾਹਿਬ ਅਸੀਂ ਸਤਿਕਾਰ ਦੇ ਨਾਲ ਸੰਸਕਾਰ ਕਰ ਦਿੰਦੇ ਹਾਂ, ਅਤੇ ਕੀ ਉਹਨੂੰ ਕਹੀਏ ਵੀ ਮਤਲਬ ਕਿ ਗਲਤ ਕੰਮ ਹੋ ਗਿਆ ਜੀ, ਮਾੜੀ ਗੱਲ ਹੋ ਗਈ ਜੀ?
ਅਸੀਂ ਜੇ ਗੁਰੂ ਸਰੀਰ ਕਰਕੇ ਹੋਵੇ ਤੇ ਫੇਰ ਨਹੀਂ ਇਹ ਕੰਮ ਹੁੰਦੇ ਰਹੇ ਸਤਿਕਾਰ ਦੇ ਨਾਲ। ਤੇ ਗੁਰੂ ਦੀ ਜਦੋਂ ਕੋਈ ਨਰਾਦਰੀ ਕਰਦਾ, ਚਾਹੇ ਉਹ ਸਰੀਰ ਕਰਕੇ ਸੀ ਉਦੋਂ ਕਿਸੇ ਨੇ ਨਰਾਦਰੀ ਕੀਤੀ, ਚਾਹੇ ਗੁਰੂ ਗ੍ਰੰਥ ਸਾਹਿਬ ਅੱਜ ਆ ਤੇ ਉਹਦੀ ਕੋਈ ਨਰਾਦਰੀ ਕਰਦਾ, ਸਿੱਖਾਂ ਨੂੰ ਇੱਕੋ ਜਿਹਾ ਹੀ ਦੁੱਖ ਹੋਣਾ ਆ। ਤੈਨੂੰ ਭਾਵੇਂ ਨਾ ਹੋਵੇ, ਅਸਲ ਦੇ ਵਿੱਚ ਬਿਮਾਰੀ ਤੇ ਇਹ ਆ ਵੀ ਇਹ ਫਿਰ ਕਹਿੰਦੇ ਆ ਵੀ ਇਹ ਸਰਕਾਰੀ ਨਹੀਂ, ਅਸੀਂ ਤੇ ਇਹ ਇਦੋਂ ਵੱਧ ਸਰਕਾਰੀ ਪੁਣੇ ਦੀਆਂ ਨਿਸ਼ਾਨੀਆਂ ਹੋਰ ਕੀ ਹੋ ਸਕਦੀਆਂ। ਜਿੱਦਣ ਦਾ ਬਰਗਾੜੀ ਮੋਰਚਾ ਲੱਗਾ ਆ ਉਦੋਂ ਕਦਾ ਹੀ ਇਹਦਾ ਪ੍ਰਚਾਰ ਸ਼ੁਰੂ ਹੋਇਆ ਵਿਆ ਵੀ ਗੁਰੂ ਗ੍ਰੰਥ ਸਾਹਿਬ ਜ਼ਰੀਆ ਆ ਜੀ, ਗੁਰੂ ਗ੍ਰੰਥ ਸਾਹਿਬ ਜ਼ਰੀਆ ਆ ਜੀ, ਕੀ ਜਦੋਂ ਛਾਪਦਾ ਆ ਤੁਸੀਂ ਖੁਸ਼ੀ ਮਨਾਉਂਦੇ ਆ, ਕੀ ਜਦੋਂ ਮਤਲਬ ਕਿ ਉੱਥੇ ਜਾ ਕੇ ਸੰਸਕਾਰ ਹੁੰਦਾ ਆ ਜੀ ਉਦੋਂ ਤੁਸੀਂ ਦੁੱਖ ਮਨਾਉਂਦੇ ਆ। ਸੋ ਸੰਸਕਾਰ ਵੀ ਸਿੱਖ ਸਤਿਕਾਰ ਨਾਲ ਕਰਦੇ ਆ, ਜਿਵੇਂ ਕਹਿ ਲਓ ਵੀ ਸਰੀਰ ਵੇਲੇ ਵੀ ਕੁਝ ਗੁਰੂ ਸਾਹਿਬਾਂ ਦਾ ਸਤਿਕਾਰ ਦੇ ਨਾਲ ਸੰਸਕਾਰ ਕੀਤਾ ਗਿਆ ਆ, ਪਰ ਜੇ ਕਿਸੇ ਨੇ ਬੇਅਦਬੀ ਕੀਤੀ, ਗੁਰੂ ਅਰਜਨ ਦੇਵ ਜੀ ਦੇ ਸੀਸ 'ਤੇ ਰੇਤਾ ਪਾਇਆ ਜਾਂ ਤੱਤੀ ਤਵੀ 'ਤੇ ਬਿਠਾਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਦਲਾ ਵੀ ਲਿਆ ਅਤੇ ਸਿੱਖਾਂ ਦੇ ਵਿੱਚ ਰੋਹ ਵੀ ਪੈਦਾ ਹੋਇਆ, ਅਤੇ ਇੱਦਾਂ ਹੀ ਅੱਜ ਦੀ ਡੇਟ ਦੇ ਵਿੱਚ ਵੀ ਰੋਹ ਪੈਦਾ ਹੋਣਾ। ਬਿਮਾਰੀ ਦੇ ਅਸਲ ਦੇ ਵਿੱਚ ਢੱਡਰੀਆਂ ਵਾਲੇ ਨੂੰ ਇਹ ਆ, ਸਰਕਾਰ ਵੱਲੋਂ ਜੋ ਆਰਡਰ ਹੁੰਦੇ ਆ ਉਹੋ ਜਿਹਾ ਪ੍ਰਚਾਰ ਕਰਦਾ ਆ, ਜੋ ਸਰਕਾਰ ਕਹਿ ਰਹੀ ਆ ਵੀ ਬਸ ਇੱਦਾਂ ਦਾ ਪੇਸ਼ ਕਰ ਦਿਉ ਜੀ, ਜ਼ਰੀਆ ਗੁਰੂ ਗ੍ਰੰਥ ਸਾਹਿਬ 'ਤੇ ਛਾਪਦਾ ਰਹਿੰਦਾ ਅਤੇ ਸੰਸਕਾਰ ਹੁੰਦਾ ਰਹਿੰਦਾ। ਇਹ ਮਤਲਬ ਕਿ ਲੋਕਾਂ ਦੇ ਵਿੱਚ ਜਿਹੜਾ ਇਹ ਰੋਹ ਪੈਦਾ ਹੋਇਆ ਵਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਨੀ ਬੇਅਦਬੀ ਹੋਈ ਆ, ਉਹ ਰੋਹ ਘੱਟ ਜਾਵੇ ਅਤੇ ਬਰਗਾੜੀ ਮੋਰਚਾ ਜਿਹੜਾ ਬਹੁਤਾ ਕਾਮਯਾਬ ਨਾ ਹੋ ਸਕੇ। ਜਿਹੜੀ ਚੀਜ਼ ਨੂੰ ਗੁਰੂ ਸਾਹਿਬ ਨੇ ਪਰਮੇਸ਼ਰ ਦਾ ਥਾਨ ਕਿਹਾ ਜਾਂ ਗੁਰੂ ਕਿਹਾ ਜਾਂ ਮਤਲਬ ਕਿ ਗੁਰਤਾਗਤ ਦੀ ਦਿੱਤੀ ਆ, ਸਾਡੇ ਲਈ ਉਹੀ ਪਰਮੇਸ਼ਰ ਦੀ ਜੋਤ ਆ, ਉਹੀ ਪੋਥੀ ਪਰਮੇਸ਼ਰ ਕਾ ਥਾਨ ਆ, ਉਹੀ ਸਾਡਾ ਗੁਰੂ ਆ, ਉਹੀ ਸਾਡਾ ਸਾਰਾ ਕੁਝ ਆ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚ ਕਿਹਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।